ਭਾਅ ਜੀ ਸ਼ਰਤ ਲੱਗ ਗਈ ਹੈ ਬੰਦਿਆਂ ਦੀ, ਇਹ ਵੱਟ ਦੇ ਉੱਤੋਂ ਦੀ ਮੋਟਰਸਾਈਕਲ ਲਿਆਉਣਾ, ਨਾ ਇੱਧਰ ਪੈਣ ਦੇਣਾ ਨਾ ਇੱਧਰ ਪੈਣ ਦੇਣਾ। ਦੋ ਬੰਦੇ ਨੇ, ਇੱਕੋ ਵਿੱਚੋਂ ਮੋਟਰਸਾਈਕਲ ਲੈ ਕੇ ਆ ਰਿਹਾ, ਦੂਸਰਾ ਜਿਹੜਾ ਉਹ ਵੀ ਆ ਰਿਹਾ। ਹੁਣ ਤੁਸੀਂ ਦੇਖਣਾ ਕਿ ਇਹਦੀ ਮੋਟਰਸਾਈਕਲ ਡਿੱਗਦੀ ਆ ਜਾਂ ਨਹੀਂ। ਤੂੰ ਆ, ਵੀਡੀਓ ਬਣਦੀ ਪਈ ਆ, ਪਤਾ ਲੱਗ ਜਾਏਗਾ ਉਹਨੂੰ। ਮੋਟਰਸਾਈਕਲ ਲੈ ਕੇ ਜਾਏਗਾ ਨਾ ਤੇ ਬੰਦਾ ਪਿੱਛੋਂ ਰੌਲਾ ਪਾ ਦੇ, ਰੌਲਾ ਕੀ ਪੈ ਜਾਏ ਬੰਨੇ ਤੋਂ। ਇੱਕ ਵਾਰੀ ਪੈਰ ਥੱਲੇ ਲੱਗ ਗਿਆ, ਸਮੇਂ ਮੋਟਰਸਾਈਕਲ ਜਾਣੀ, ਫਿਰ ਮੋਟਰਸਾਈਕਲ ਡੋਲ ਜਾਂਦੀ ਆ, ਮੋਟਰਸਾਈਕਲ ਜਾਂਦੀ ਨਹੀਂ, ਪੈਰ ਤੇ ਲੱਗਦਾ ਹੀ ਨਹੀਂ। ਅੱਗੇ ਵੀ ਡਿੱਗਿਆ, ਦੇਖੋ ਸਾਰੀ ਸਲਵਾਰ ਭਰੋਈ ਦੀ ਹੈ। ਉਹ ਜੁੱਤੀ ਪਾਲਾ ਹੈ, ਪਹਿਲੇ ਮੌਤ ਦੇ ਖੂਨ ਸਟਾਰਟ ਤੇ ਕਰ। ਬਿਸਮਿਲ੍ਲਾ ਰਹਿਮਾਨ ਰਹੀਮ, ਅਸਲਾਮ ਅਲੈਕੁਮ। ਅੱਲਾ ਦੇ ਫਜ਼ਲ ਕਰਮ ਨਾਲ ਇਹਦਾ ਵਲੋਗ ਕਰਨੇ ਜੀ ਸ਼ੁਰੂ। ਸਭ ਤੋਂ ਪਹਿਲੇ ਅਸੀਂ ਸੁਬਹਾ ਸੁਬਹਾ ਉੱਠ ਕੇ ਤੇ ਆ ਗਏ ਹਾਂ ਟਿਊਬਵੈੱਲ ਚਲਾਉਣ ਵਾਸਤੇ, ਫੀਟਰ ਇੰਜਨ ਬੰਬੀ ਜਿਹਨੂੰ ਅਸੀਂ ਆਪਣੀ ਜ਼ੁਬਾਨ 'ਚ ਬੰਬੀ ਕਹਿੰਦੇ ਹਾਂ। ਅਤੇ ਧੁੱਪ ਬਹੁਤ ਜ਼ਿਆਦਾ ਚੜ੍ਹ ਗਈ, ਤਕਰੀਬਨ ਹਜੇ 8 ਵਜੇ ਦਾ ਟਾਈਮ ਹੈ। ਇਹ ਬੰਬੀ ਦਾ ਮੂੰਹ ਆ ਦੇਖੋ, ਇਸ ਸਾਈਡ 'ਤੇ ਸਾਡੀ, ਇਸ ਸਾਈਡ 'ਤੇ ਫਸਲ ਸਾਰੀ, ਜਿਹੜੀ ਪਿਛਲੀ ਬੰਬੀ ਆ, ਪਿਛਲੀ ਮੂੰਜੀ ਆ, ਇਹਨੂੰ ਪਾਣੀ ਲਾਉਂਦੇ ਨੇ ਇੱਥੇ ਆੜ 'ਚ, ਇੱਥੋਂ ਫਿਰ ਇੱਧਰ ਵੇ। ਅਤੇ ਇਹਦਾ ਮੂੰਹ ਇਸ ਸਾਈਡ ਨੂੰ ਹੀ, ਰੇਂਜ ਸਾਈਡ ਕੋਈ ਕਿਸੀ, ਮੈਂ ਗੇੜਿਆ ਉਤਲੀ ਸਾਈਡ 'ਤੇ ਗੇੜਾ ਪਾ ਕੇ ਨੱਟ ਨੂੰ, ਅਤੇ ਫਿਰ ਬੰਬੀ ਖੋਲੀ ਆ ਅਤੇ ਇਸ ਸਾਈਡ ਨੂੰ ਮੂੰਹ ਕੀਤਾ ਹੁਣ। ਅਤੇ ਹੁਣ ਫਿਲਹਾਲ ਜਵੇਦ ਦਾ ਇੰਤਜ਼ਾਰ ਹੈ, ਬਾਕੀ ਸਾਰਾ ਸਮਾਨ ਆ ਗਿਆ। ਹੁਣ ਪਤਾ ਨਹੀਂ ਕਿਹੜੇ ਦੇ ਲਿਆਉਂਦਾ, ਫਿਰ ਚਲਾਉਂਦੇ ਹਾਂ। ਪੈਲੀਆਂ ਸੁੱਕ ਗਈਆਂ, ਬਾਰਿਸ਼ ਹੋ ਨਹੀਂ ਰਹੀ, ਧੁੱਪ ਆਈ, ਫਿਰ ਦੇਖੋ ਕਿੰਨੀ ਨਿਕਲ ਆਈ ਆ। ਜਿਹੜੀ ਛੱਟੇ ਵਾਲੀ ਮੂੰਜੀ ਅਸੀਂ ਲਾਈ ਸੀ ਉਹਦੀ ਅਪਡੇਟ ਤੁਹਾਨੂੰ ਅੱਜ ਦੇਣੀ ਹੈ, ਕਿਉਂਕਿ ਉਸ ਮੂੰਜੀ ਦੇ ਜੋ ਸੂਰਤ ਹਾਲ ਆ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਨਾ। ਮੈਂ ਸਿਰਫ ਬੰਬੀ ਚਲਾਉਣੀ ਹੈ, ਬੰਬੀ ਚਲਾ ਕੇ ਅਤੇ ਸਿੱਧਾ ਉੱਧਰ ਨੂੰ ਜਾਣਾ, ਉੱਥੇ ਜਾ ਕੇ ਤੁਹਾਨੂੰ ਮੁਕੰਮਲ ਦੱਸਣੇ ਆ ਕਿਉਂਕਿ ਪਨੀਰੀ ਜਿਹੜੀ ਅਸੀਂ, ਮਤਲਬ ਕਿ ਪਨੀਰੀ ਨਹੀਂ ਬੀਜੀ ਉਹਦੀ, ਪਨੀਰੀ ਤੋਂ ਬਿਲਕੁਲ ਛੁਟਕਾਰਾ ਸੀ। ਬੀ ਇਸੇ ਤਰ੍ਹਾਂ ਪਨੀਰੀ ਦਾ ਸਾਡਾ ਥੁੜ ਗਿਆ ਸੀ ਅਤੇ ਉਹ ਘਰ ਬੀ ਪੇ ਦਾ ਸੀ ਸੁਪਰ ਦਾ, ਅਤੇ ਉਹ ਅਸੀਂ ਇਸੇ ਤਰ੍ਹਾਂ ਹੀ ਛਟਾ ਕਰਾ ਦਿੱਤਾ ਸੀ। ਅਤੇ ਜਾਵਾਂਗੇ ਜਾ ਕੇ, ਹੁਣ ਦੇਖਦੇ ਹਾਂ, ਨਾਲੇ ਤੁਹਾਨੂੰ ਦੱਸਦੇ ਹਾਂ, ਨਾਲੇ ਆਪੇ ਵੀ ਦੇਖਦੇ ਹਾਂ ਦਾ ਕੀ ਹਿਸਾਬ ਕਿਤਾਬ ਹੈ। ਫਿਲਹਾਲ ਬੰਬੀ ਚਲਾਉਣੀ ਹੈ ਸਭ ਤੋਂ ਪਹਿਲੇ, ਅਤੇ ਉਸ ਤੋਂ ਬਾਅਦ ਜਾ ਕੇ ਤੁਹਾਨੂੰ ਮੂੰਜੀ ਦਾ ਵਿਜ਼ਿਟ ਕਰਾਉਂਦੇ ਹਾਂ ਕਿ ਮੂੰਜੀ ਕਿੱਥੋਂ ਤੱਕ ਪੁੱਜੀ ਹੈ, ਕਿਸ ਤਰ੍ਹਾਂ ਦੀ ਹੋਈ ਹੈ ਅਤੇ ਕੀ ਸੂਰਤ ਹਾਲ ਆ ਉਹਦੀ। ਖਾਂ ਪਿੱਛੇ ਟੱਸ ਸੁੱਟੀ ਯਾਰ, ਕਿਦਾਂ ਆ ਯਾਰ, ਇਹਦਾ ਗੇੜਾ ਲਾ ਤੇ ਬਾਅਦ 'ਚ ਕਰਦਾ ਰਹੀ, ਮੈਂ ਬਾਹਰ ਹਵਾ ਕਢਾਵਾਂਗਾ। ਦੇਖ ਤੂੰ ਆ, ਕੋਈ ਸ਼ੈ ਨਹੀਂ ਲੱਭਦੀ ਪਈ, ਜਾਣਾ ਬੜਾ ਆ ਗਿਆ, ਆ ਗਿਆ, ਆ ਗਿਆ ਪਾਣੀ, ਆ ਗਿਆ। ਨਾ 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 ਨਾ, ਬਹੁਤੀ ਨਾ ਦਈ, ਬਹੁਤੀ ਨਾ ਦਈ, ਬੰਬੀ ਚਲਾ ਕੇ ਬਿਲਕੁਲ ਇਸ ਟਾਈਮ ਫ੍ਰੀ ਹੋ ਗਏ ਹਾਂ। ਅਤੇ ਜਵੇਦ ਆਇਆ, ਇਹ ਦੇਖੋ ਜਵੇਦ ਨੇ ਕਹੀ ਲਿਆਂਦੀ ਆ, ਉਹ ਆਪਣਾ ਨਸ਼ਾ ਕਰਦਾ ਪਿਆ, ਅਤੇ ਮੈਂ ਬੰਬੀ ਹਵਾ ਮ ਕਢਾਈ ਆ ਅਤੇ ਬੰਬੀ ਚਲਾ ਕੇ ਸਟਾਰਟ ਕਰ ਦਿੱਤੀ। ਹੁਣ ਚੱਲੇ ਹਾਂ ਇਸ ਟਾਈਮ ਅਸੀਂ ਛੱਟੇ ਵਾਲੀ ਜਿਹੜੀ ਮੂੰਜੀ ਆ ਉਹਦੇ ਵੱਲ ਨੂੰ ਜਾ ਕੇ ਤੁਹਾਨੂੰ ਅਪਡੇਟ ਦਿੰਦੇ ਹਾਂ ਕਿ ਛੱਟੇ ਵਾਲੀ ਮੂੰਜੀ ਕਿਹੋ ਜਿਹੀ ਹੋਈ ਆ, ਕੀ ਸੂਰਤ ਹਾਲ ਆ ਉਹਦੀ। ਅਤੇ ਇੱਥੇ ਹੁਣ ਰਹੇਗਾ ਜਵੇਦ, ਮੈਂ ਜਾਵਾਂਗਾ ਜਾ ਕੇ ਤੁਹਾਨੂੰ ਛੱਟੇ ਵਾਲੀ ਮੂੰਜੀ ਦੀ ਅਪਡੇਟ ਦੇਵਾਂਗਾ। ਜਦੋਂ ਪਹਿਲੇ ਮੈਂ ਇੱਥੇ ਵੀਡੀਓ ਬਣਾਈ ਆ, ਬੰਬੀ ਬੰਦ ਸੀ, ਥੱਲੇ ਪਾਣੀ ਹੈ ਨਹੀਂ, ਅਤੇ ਹੁਣ ਮੈਂ ਵੀਡੀਓ ਬਣਾ ਰਿਹਾ, ਪਿੱਛੇ ਬੰਬੀ ਚੱਲਦੀ ਪਈ ਆ ਅਤੇ ਥੱਲੇ ਪਾਣੀ ਆ। ਜਵੇਦ ਪਿੱਛੇ ਦੇਖ ਰਿਹਾ ਕਿ ਮੇਰੀ ਵੀ ਵੀਡੀਓ ਬਣ ਰਹੀ ਆ ਅਤੇ ਹੱਸ ਵੀ ਰਿਹਾ। ਇਹ ਦੇਖੋ, ਉਹ ਦੇਖੋ, ਉਹ ਹੱਸਦਾ ਵੀ ਪਿਆ ਕਿ ਮੇਰੀ ਵੀਡੀਓ ਬਣਦੀ ਪਈ ਆ। ਫਿਲਹਾਲ ਹੁਣ ਚੱਲਦੇ ਹਾਂ ਇਸ ਟਾਈਮ ਛੱਟੇ ਵਾਲੀ ਮੂੰਜੀ ਆ।
मूंजी की अपडेट सरकार हैगी है क्या थोड़े सामने ही है कि पहले ये पानी भरे दा सी ते उहदी वजह तो कुछ जिहड़ियां नीवियां जगह ने वो सारियां जमियां नहीं हैगियां ते जिहड़ियां उच्चियां जगह ने उन्हां दा सारा लूंगर जिहड़ा सड़ गया मतलब कि दाने दे विचों जड़ मारी है उहने ते धुप लवाई है ते सड़ गया ते पानी दे विच रहा ते गल गया। इस वजह तो छटे वाली मूंजी उस जगह ते कामयाब है जिथे पद्धरा पानी हो गए जिथे एक लैवल हो गए जमीन का ते दूसरे नंबर ते सिर्फ उची पैली हो गए उहदा पानी जिसले दिल करे तुसीं मतलब कि कढ दो जिसले दिल करे उहदे विच रहन दिवो। तो बहरहाल साडा ते नुकसान ही है हिसाब नाल इस किले का वो परे परे थोड़ी जी लाई है मूंजी हुण ए परली साइड ते इन्नी इन्नी ए बाकी तकरीबन सत्त कनाल एक कनाल जगह लाई है कनाल या डेढ़ कनाल होगी बकाया सत्त कनाल जगह जिहड़ी है इहदे विच हुण वट मार के पट्ठे बीजांगे बकाया कोई तो मतलब कि फायदा नहीं है छटे वाली मूंजी का इहदा सिर्फ यही तुसीं कर सकदे हो कि अगर तुहाडी पैली लैवल है तो फिर एक रिस्क लै सकदे हो तुसीं अपडेट अहीं ऐ दे सकने आ तुहानूं ए एक ऐ देखो ए मूंजी का बूटा इन्ना इन्ना हो गया छटे वाली मूंजी का साडा मुकम्मल नुकसान होया तुहानूं मैं पैली दिखाती है वह वजह कि इहदे नालों मुल पनीरी लभ जांदी सी मुल पनीरी लै के अहीं ला दिंदे ओह फायदे च रहना सी यार आया आया बाहर आया बाहर आया छेती आया यार लै के आ रहा मोटरसाइकिल भाजी शर्त लग गई है बंदियां दी ए वट दे उत्तों दी मोटरसाइकिल लियाना ना इधर पैन देना ना इधर पैन देना दो बंदे ने एको विचों मोटरसाइकिल लै के आ रहा दूसरा जिहड़ा वह भी आ रहा हुण तुसीं देखना कि मोटरसाइकिल डिगदी है या नहीं तू आ वीडियो बनती पई है पता लग जाएगा उन्हूं शान पै जी ओए लिया लिया आए को बोतल दे पी भी अज एक बंदा कामयाब हो गया मोटरसाइकिल नूं इहदे तों लिआउण वास्ते बोतल लाई सी ते बोतल नूं पै गई ओह तां डिग गया पानी च मुकर गया यार नहीं यार नहीं यार मौत दे खूह वाली मोटरसाइकिल आहो उत्थे जाके मुसीबत बनदी है चलो आंदा फिर पता लगदा अंदर मोटरसाइकिल लैके जाएगा ना तो बंदा पिछो रौला पा दे शर्त मंजूर है ना आया फिर पैसे पैसे फड़ा पैसे फड़ा पैसे जुत्ती पाला पहले मौत दे खून स्टार्ट कर नजवे लै गया हूं तो फिर लियाएगा फिर इन्हें पता की कहना शर्त उ खड़न दी लिया नहीं नहीं हूं झाका खुल गया हूं नहीं डिगदी अच्छा गल सुन जो सौ दिता की करना हूं
शर्त लगी दी ही ऐस बारी वापस बनदा फेरा पूरा होंगे जो डिग गया बोतल पे गया फिर चल जाएगी तो चल जाए ना जाए पहले भी बोतल पई जेड़ी यार पहले वाली केरी जे मां आ गया उधरों यार ओदे साडे सामने गल ही नहीं आई नहीं भाई कसम रब दी दे दे छड़िया 100 रुपया आ मोबाइल यार ओथो स्लिप मारी गलती तो बंदा हर नहीं हुंदा यार एक मैं नारी फेरी जे मेरे को जांदी ना वो 10वीं दे पेपर दे कई एक बारी बंदे को फिर याद नहीं भी हुंदे अगली बारी सैपली दा चांस नहीं हुंदा तीन चांस हुंदे सैपली दे हुकूमत ते पाकिस्तान दी तरफों भी तीन चांस है बंदे नु है हुन देखना ही इन्हें इथे लिख जाना इस बारी ने लाई जाना यार एडा जोरा बन्ना साम चल जांदी है यार शर्त रख ला पिछे कोई शैल लग के ना अस ब्लॉग का करने इतने एंड मिलने तेन नैक्सट ब्लॉग अमीर तेन आई का ब्लॉग पसंद आया अगर पसंद आया तो वीडियो लाइक कर दो चैनल सब्सक्राइब कर दो मिलने नैक्सट ब्लॉग अल्लाह हाफिज़।